ਹੇਮਕੁੰਟ ਦੇ ਵਾਸੀ ਪਰਮਾਤਮਾ ਦੇ ਪੁੱਤਰ ਸਤਿਗੁਰੂ ਤੇਗ ਬਹਾਦਰ ਜੀ ਦੇ ਲੱਗਤੇ ਜਿਗਰ, ਮਾਤਾ ਗੁਜਰੀ ਜੀ ਦੇ ਨੂਰੇ ਨਜ਼ਰ, ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਸਵਾਰ, ਨਾਸਰੋ ਮਨਸੂਰ ਏਦੀ ਮਨਜ਼ੂਰ, ਬਾਦਸ਼ਾਹ ਦਰਵੇਸ਼ ਸ਼ਕਤੀ ਤੇ ਭਗਤੀ ਦੇ ਮਾਲਕ, ਕਹਿਣੀ ਤੇ ਕਥਨੀ ਦੇ ਪੂਰੇ ਸਰਵੰਸ਼ ਦਾਨੀ, ਪੰਥ ਦੇ ਬਾਨੀ ਮਰਦਾ ਅਗੰਬਰੇ ਪ੍ਰਿਆਮ ਅਕੇਲਾ, ਆਜ਼ਾਦੀ ਦਾ ਸੱਚਾ ਤੇ ਸੁੱਚਾ ਆਸ਼ਿਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਨੂੰ ਦੁਹਰਾਉਂਦੀ ਹੋਈ ਸਾਰੀਆਂ ਹੀ ਸਿੱਖ ਸੰਗਤਾਂ, ਜਿੰਨੀਆਂ ਵੀ ਇਨਸਾਫ ਮੋਰਚੇ ਦੇ ਵਿੱਚ ਸਿੱਖ ਸੰਗਤਾਂ ਪਹੁੰਚੀਆਂ ਹਨ, ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਲਵਾਓ ਤੁਹਾਡੀ ਤੇ ਸਾਡੀ ਹਾਜ਼ਰੀ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਦੋਂ ਜਦੋਂ ਵੀ ਸਿੱਖਾਂ ਦੇ ਉੱਪਰ ਜ਼ੁਲਮ ਹੁੰਦਾ ਆਇਆ ਹੈ, ਇਹ ਜ਼ਾਲਮ ਸਰਕਾਰਾਂ ਨੇ ਕਦੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ, ਇਹ ਜ਼ਾਲਮ ਸਰਕਾਰਾਂ ਨੇ ਤਸੱਦਦ ਹੀ ਕੀਤਾ ਹੈ, ਕਿਉਂਕਿ ਸਾਧ ਸੰਗਤ ਜਿਹੜਾ ਵੀ ਇਨਸਾਨ ਉਹ ਸੱਚੇ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਜਦੋਂ ਵੀ ਚੇਤੇ ਕਰਦਾ ਹੈ ਉਹਨਾਂ ਦਾ ਕਾਰਜ ਨੇਪਰੇ ਚੜ੍ਹਦਾ ਹੈ। ਜਿਵੇਂ ਆਪਾਂ ਇਨਸਾਫ ਮੋਰਚਾ ਲਾਇਆ ਹੋਇਆ ਹੈ ਸਾਡੇ ਇੱਧਰ, ਜੋ ਕਿ ਸਾਡੀਆਂ ਸਿੱਖ ਸੰਗਤਾਂ ਸਾਡੇ ਪਾਸ ਪਹੁੰਚ ਰਹੀਆਂ ਹਨ, ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਹਨ, ਜਿੰਨੇ ਵੀ ਵੀਰ ਇੱਥੇ ਆਏ ਹਨ, ਕਿਉਂਕਿ ਇਹ ਇਨਸਾਫ ਮੋਰਚਾ, ਕਿਉਂਕਿ ਸਾਧ ਸੰਗਤ ਜ਼ਾਲਮ ਸਰਕਾਰਾਂ ਦੇ ਕੰਨ ਬੰਦ ਹੋਏ ਪਏ ਨੇ, ਜਿਹੜਾ ਗੁਰੂ ਹੈ, ਕਿਉਂਕਿ ਸਾਧ ਸੰਗਤ ਸਾਡਾ ਸਮਰੱਥ ਹੈ, ਗੁਰੂ ਕਹਿਣੀ ਤੇ ਕਥਨੀ ਦਾ ਪੂਰਾ ਹੈ, ਅਤੇ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਉਹ ਵੀ ਪਿੱਛੇ ਨਹੀਂ ਹਟਿਆ ਕਰਦੇ। ਅੱਜ ਵਾਲੀਆਂ ਜ਼ਾਲਮ ਸਰਕਾਰਾਂ ਨੇ ਜੋ ਕਿ ਸਾਧ ਸੰਗਤ ਜਿਹੜਾ ਧਰਮ ਹੈ ਤੇ ਰਾਜਨੀਤੀ, ਕਿੱਥੇ ਤਾਂ ਰਾਜਨੀਤੀ ਦੇ ਉੱਪਰ ਧਰਮ ਨੇ ਸਵਾਰ ਹੋਣਾ ਸੀ, ਅੱਜ ਜ਼ਾਲਮਾਂ ਨੇ ਧਰਮ ਦੇ ਉੱਪਰ ਰਾਜਨੀਤੀ ਨੂੰ ਸਿਰਫ ਸਵਾਰ ਕਰ ਛੱਡਿਆ ਹੈ। ਆਪਾਂ ਇਨਸਾਫ ਮੰਗਦੇ ਹਾਂ, ਜਿਹੜਾ ਵੀ ਗੁਰੂ ਨੂੰ ਪਰਮਾਤਮਾ ਨੂੰ ਯਾਦ ਕਰਕੇ ਚੇਤੇ ਕਰਕੇ ਸਾਧ ਸੰਗਤ ਅਸੀਂ ਕਾਰਜ ਕਰਦੇ ਹਾਂ ਉਹ ਨੇਪਰੇ ਚੜ੍ਹਦਾ ਹੈ, ਕਿਉਂਕਿ ਜਿਹੜਾ ਗੁਰੂ ਦੇ ਬਿਨਾਂ ਜਹਾਨ ਦੇ ਵਿੱਚ ਸਾਡਾ ਕੁਝ ਵੀ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਾਂ। ਦੇਹਧਾਰੀਆਂ ਪਖੰਡੀਆਂ ਤੋਂ ਬਚੋ ਅਤੇ ਨਸ਼ਿਆਂ ਦੇ ਵਿੱਚ ਜੋ ਗਲਤਾਨ ਹੁੰਦੇ ਹਨ ਆਪਣੇ ਬੱਚਿਆਂ ਨੂੰ ਬਚਾਓ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਓ ਅਤੇ ਇੱਥੇ ਲੈ ਕੇ ਆਓ, ਕਿਉਂਕਿ ਜਦੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਲਿਆਵਾਂਗੇ ਜੈਸਾ ਵੇਖਾਂਗੇ ਉਸਾ ਹੀ ਸਾਡੇ ਬੱਚਿਆਂ ਤੇ ਵੀ ਅਸਰ ਹੋਵੇਗਾ। ਜਿਵੇਂ ਗੁਰੂ ਦੇ ਪ੍ਰਤੀ ਕਿਸੇ ਰਾਈਟਰ ਨੇ ਲੈਣਾ ਲਿਖੀਆਂ ਹਨ ਉਹਨਾਂ ਲੈਣਾ ਨੂੰ ਇੰਝ ਸਰਵਣ ਕਰੋ ਜੀ।
ਵੱਲ ਬਹਿੰਦੀਆਂ ਨੇ। ਭਲੇ ਪੁਰਸਾਂ ਨੂੰ ਕਰਦੀ ਹੈ ਯਾਦ ਦੁਨੀਆ, ਲਾਹਨਤਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਕੀਤੀਆਂ ਕੁਰਬਾਨੀਆਂ ਜਿਨ੍ਹਾਂ ਨੇ ਗੁਣੀ ਲੋਕਾਂ ਕਲਾ ਉਸੇ ਦੀਆਂ ਚੜ੍ਹਦੀਆਂ ਰਹਿੰਦੀਆਂ ਨੇ। ਬਹੁਤ ਸਾਰਾ ਮਾਨ ਇਤਿਹਾਸ ਦਾ ਮਾਨ ਸਮਾਂ ਸਮਾਪਤ। ਭਾਈ ਤਰਲੋਕ ਸਿੰਘ ਜੀ ਡੱਲਾ, ਜ਼ਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਆਇਆ। ਜਿਨ੍ਹਾਂ ਖਜ਼ਾਨਾ ਦੇ ਵਿੱਚੋਂ ਮਾਇਆ ਆਈ ਹੈ, ਸੋ ਖਜ਼ਾਨੇ ਮਹਾਰਾਜ ਭਰਪੂਰ ਕਰੇ। ਸਾਰੀਆਂ ਸਿੱਖ ਸੰਗਤਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।